ਬਾਈ ਜੀ, ਚਾਦਰੇ ਦੇ ਸਭ ਤੋਂ ਪਹਿਲਾਂ ਆਪਣੇ ਏਡੀਆਂ ਦੇ ਥੱਲੇ ਦਬਾ ਲਓ, ਜਿਸ ਨਾਲ ਤੁਹਾਡੇ ਚਾਦਰੇ ਦੀ ਸੈਟਿੰਗ ਆ ਜਾਏਗੀ। ਉਸ ਤੋਂ ਬਾਅਦ ਆਪਣੇ ਚਾਦਰੇ ਦੇ ਅਗਲੇ ਦੋਨੇ ਕੰਨੇ ਫੜ ਕੇ ਉਹਨੂੰ ਬਰਾਬਰ ਕਰੋ, ਜਿਹਦੇ ਨਾਲ ਉਹ ਸਹੀ ਹੋ ਜਾਏਗਾ। ਚਾਦਰੇ ਨੂੰ ਦੋਨਾਂ ਪਾਸੇ ਆਪਣੇ ਹੱਥਾਂ ਨਾਲ ਸੈੱਟ ਕਰ ਲਓ, ਜਿਵੇਂ ਬਾਈ ਜੀ ਵੀਡੀਓ ਦੇ ਵਿੱਚ ਦਿਖਾਇਆ ਗਿਆ ਹੈ। ਬਾਈ ਜੀ, ਅਗਲਾ ਨੈਕਸਟ ਸਟੈਪ ਹੋਏਗਾ, ਚਾਦਰੇ ਨੂੰ ਅੱਗੇ ਕੰਨੇ ਨੂੰ ਸੈੱਟ ਕਰਨ ਤੋਂ ਬਾਅਦ ਤੁਸੀਂ ਇਹਨਾਂ ਨੂੰ ਵਲੇਵੇਂ ਦਿਓ। ਵੀਰ ਜੀ, ਦੋ ਤਿੰਨ ਵਾਰੀ ਕਰਨ ਤੋਂ ਬਾਅਦ ਜਿਵੇਂ ਵੀਡੀਓ 'ਚ ਕਰਦਾ ਪਿਆ ਬਾਈ, ਉਸ ਹਿਸਾਬ ਦੇ ਨਾਲ ਦੋ ਤਿੰਨ ਵਾਰੀ ਕਰੋ, ਅਤੇ ਉਸ ਤੋਂ ਬਾਅਦ ਇੱਕ ਵਲੇਵਾਂ ਦੇਣਾ ਗੋਲ ਜਿਹਾ, ਜਿਵੇਂ ਵੀਡੀਓ 'ਚ ਵੀਰ ਜੀ ਕਰਦੇ ਪਏ ਨੇ, ਉਸ ਹਿਸਾਬ ਨਾਲ ਤੁਸੀਂ ਕਰੋ, ਚਾਦਰਾ ਜ਼ਰੂਰ ਵਧੀਆ ਬਣੀਚੇਗਾ। ਵੀਰ ਜੀ, ਹੁਣ ਵੇਖੋ ਨੈਕਸਟ ਸਟੈਪ, ਵੀਰ ਜੀ ਨੇ ਕੀ ਕੀਤਾ, ਆਪਣਾ ਵਲੇਵੇਂ ਦੇਣ ਤੋਂ ਬਾਅਦ ਮਾੜਾ ਜਿਹਾ ਪਿੱਛੋਂ ਫਿਰ ਸੈਟਿੰਗ ਕਰ ਲਓ, ਜਿਸ ਨਾਲ ਚਾਦਰੇ ਦੀ ਪਰਫੈਕਟ ਰਹੇਗੀ, ਅਤੇ ਆਪਣਾ ਖਿੱਚ ਕੇ ਚਾਦਰੇ ਨੂੰ ਇੱਕ ਵਾਰੀ ਛੱਡ ਦਿਓ, ਅਤੇ ਫਿਰ ਆਪਣਾ ਵਲੇਵਾਂ ਦੇ ਕੇ ਅਤੇ ਆਪਣਾ ਉਹਨੂੰ ਖਿੱਚ ਕੇ ਅਤੇ ਉਹ 'ਤੇ ਫੜੀ ਰੋ ਕੁੱਟ ਕੇ ਫੜ ਲਓ ਵੀਰ ਜੀ, ਜਿਸ ਨਾਲ ਚਾਦਰਾ ਢਿੱਲਾ ਨਹੀਂ ਹੋਏਗਾ। ਉਸ ਤੋਂ ਬਾਅਦ ਅਗਲੇ ਦੋਨੇ ਕੰਨਿਆਂ ਨੂੰ ਅਲੱਗ ਅਲੱਗ ਖਿਲਾਰ ਦਿਉ, ਅਤੇ ਹਰੇਕ ਕੰਨੇ ਨੂੰ ਆਪਣੀ ਸੈਟਿੰਗ 'ਚ ਆ ਜਾਏਗਾ। ਜਦੋਂ ਤੁਸੀਂ ਖਿਲਾਰੋਗੇ, ਆਪਣੇ ਆਪ ਕੰਨਾ ਸੈਟਿੰਗ 'ਤੇ ਆਏਗਾ। ਕੰਨਾ ਖਿਲਾਰਨ ਤੋਂ ਬਾਅਦ ਵੀਰ ਜੀ, ਆਪਣੇ ਇੱਕ ਪਾਸੇ ਕੰਨੇ ਨੂੰ ਫੜ ਕੇ ਵਲੇਵਾਂ ਦੇ ਦਿਓ, ਅਤੇ ਵਲੇਵੇਂ ਨੂੰ ਇਸ ਢੰਗ ਨਾਲ ਦੇਣਾ ਕਿ ਉਹ ਪੂਰਾ ਟਾਈਟ ਰਹੇ, ਢਿੱਲਾ ਨਾ ਹੋ ਸਕੇ। ਵਲੇਵੇਂ ਦੇਣ ਤੋਂ ਬਾਅਦ ਉਸ ਕੰਨੇ ਨੂੰ ਤੁਹਾਡੇ ਆਪਣੇ ਲੱਕ ਦੇ ਪਿੱਛੇ ਟੋਂਗ ਲਓ, ਜਿਸ ਨਾਲ ਉਹ ਢਿੱਲਾ ਨਾ ਹੋਵੇ। ਜੇ ਤੁਹਾਡਾ ਚਾਦਰਾ ਥੋੜ੍ਹੇ ਲੰਮਾ ਹੈ, ਤਾਂ ਉਹਨੂੰ ਪਿੱਛੇ ਬੰਨ੍ਹ ਵੀ ਸਕਦੇ ਹੋ, ਥੱਲੇ ਬਹਿਣ ਵਾਲਾ ਸਿਸਟਮ ਬਾਈ ਜੀ, ਇਸ ਨਾਲ ਚਾਦਰਾ ਆਪਣੀ ਪੂਰੀ ਪਰਫੈਕਟ ਆ ਜਾਂਦਾ। ਤੁਸੀਂ ਦੇਖ ਲਓ ਆਪਣੇ ਬਾਈ ਨੇ ਚਾਦਰਾ ਬੰਨਿਆ, ਅਤੇ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ।